ਆਹ ਦੋਸਤੋ ਗਜ਼ਲ ਸੰਗ੍ਰਹਿ ਮੋਰ ਪੰਖ ਵਿੱਚੋਂ ਗਜ਼ਲ ਹਾਜ਼ਰ ਹੈ ਕਿ ਗਜ਼ਲ ਕਾਦੀ ਕਿ ਜਿਸ ਨੂੰ ਸੁਣ ਕੇ ਦਿਲ ਸਰਸ਼ਾਰ ਨਾ ਹੋਵੇ ਕਰੇ ਪ੍ਰਵਾਜ਼ ਬਿਨ ਖੰਬਾਂ ਤੋਂ ਹੰਬਰ ਪਾਰ ਨਾ ਹੋਵੇ ਹਿਸਾਬੀ ਤੇ ਕਿਤਾਬੀ ਜ਼ਿੰਦਗੀ ਵਾਲੇ ਨੇ ਜਾਣਣ ਹਮੇਸ਼ਾ ਦੋਚ ਦੋ ਜੋੜਨ ਦਾ ਉੱਤਰ ਚਾਰ ਨਾ ਹੋਵੇ ਜਿਨ੍ਹਾਂ ਹਰ ਸਾਲ ਲੀਲਾ ਕਰਦਿਆਂ ਉਮਰਾਂ ਗਵਾ ਦਿੱਤੀ ਉਹਨਾਂ ਤੋਂ ਰੂਚ ਬੈਠਾ ਇੱਕ 라ਵਣ ਮਾਰ ਨਾ ਹੋਵੇ ਅਸੀਂ ਸ਼ਬਦਾ ਹਵਾਲੇ ਵੇਦਨਾ ਕਰੀਏ ਤੇ ਕਿਉਂ ਮਰੀਏ ਜੇ ਤਿਤਲੀ ਮਰਨ ਦਾ ਰੂਹਾਂ ਦੇ ਉੱਤੇ ਭਾਰ ਨਾ ਹੋਵੇ ਤੁਸੀਂ ਜੇਤੂ ਸਕੰਦਰ ਹੋ ਪਰ ਇਹ ਵੀ ਬਾਤ ਨਾ ਭੁੱਲਿਓ ਕਦੇ ਵੀ ਜਿੱਤ ਨਾ ਦੇਵੇ ਮਜ਼ਾ ਜੇ ਹਾਰ ਨਾ ਹੋਵੇ ਬੜਾ ਹੰਕਾਰ ਆ ਕਾਮੀ ਕਰੋ ਤੇ नाग ਲਾਲਚ ਦਾ ਹਜ਼ਾਰਾਂ ਵਾਰ ਚਾਹ ਕੇ ਵੀ ਇਹ ਮੈਥੋਂ ਮਾਰ ਨਾ ਹੋਵੇ ਤੁਸੀਂ ਗੱਤੇ ਨੂੰ ਪਾਵੇਂ ਲਿਸ਼ਕਣੇ ਵਰਕਿੰਗ ਸਜਾ ਲੈਣਾ ਕੋਈ ਕਿਰਪਾਨ ਨਹੀਂ ਕਹਿੰਦਾ ਜੇ ਤਿੱਖੀ ਧਾਰ ਨਾ ਹੋਵੇ ਤੁਸੀਂ ਗੱਤੇ ਨੂੰ ਪਾਵੇਂ ਲਿਸ਼ਕਣੇ ਵਰਕਿੰਗ ਸਜਾ ਲੈਣਾ ਕੋਈ ਕਿਰਪਾਨ ਨਹੀਂ ਕਹਿੰਦਾ ਜੇ ਤਿੱਖੀ ਧਾਰ ਨਾ ਹੋਵੇ ਮੈਂ ਆਪਣੇ ਆਪ ਨੂੰ ਵੇਖਾਂ ਤਾਂ ਦੱਸੋ ਕਿਸ ਤਰ੍ਹਾਂ ਵੇਖਾਂ ਜੇ ਮੇਰੇ ਮਨ ਦਾ ਸ਼ੀਸ਼ਾ ਰੂਹ ਦੇ ਅੰਦਰ ਵਾਰ ਨਾ ਹੋਵੇ ਗਜ਼ਲ ਕਾਦੀ ਕਿ ਜਿਸ ਨੂੰ ਸੁਣ ਕੇ ਦਿਲ ਸਰਸ਼ਾਰ ਨਾ ਹੋਵੇ ਕਰੇ ਪ੍ਰਵਾਜ਼ ਬਿਨ ਖੰਭਾਂ ਤੋਂ ਅੰਬਰ पार ਨਾ ਹੋਵੇ ਬੜਾ ਹੰਕਾਰਿਆ ਕਾਮੇ ਕਰੋ ਦੀ नाग ਲਾਲਚਦਾ ਹਜ਼ਾਰਾਂ ਵਾਰ ਚਾਕੇ ਵੀ ਇਹ ਮੈਥੋਂ ਮਾਰ ਨਾ ਹੋਵੇ ਮੈਂ ਆਪਣੇ ਆਪ ਨੂੰ ਵੇਖਾਂ ਤਾਂ ਦੱਸੋ ਕਿਸ ਤਰ੍ਹਾਂ ਵੇਖਾਂ ਜੇ ਮੇਰੇ ਮਨ ਦਾ ਸ਼ੀਸ਼ਾ ਰੂਹ ਦੇ ਅੰਦਰ ਵਾਰ ਨਾ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਗੁਰਪਜਨ ਕਿਲ